ਮੋਟਾਪਾ ਕਾਫੀ ਚਿਰ ਤੋਂ ਸੀਗਾ, ਪਹਿਲਾਂ ਇੱਕ ਸਰਜਰੀ ਕਰਾਈ ਸੀ, ਉਹਦੇ ਨਾਲ ਵੇਟ ਦਾ ਫਰਕ ਤੇ ਪਿਆ ਸੀ, ਪਰ ਟਾਈਮ ਨਾਲ ਫਿਰ ਵੱਧ ਗਿਆ ਮੋਟਾਪਾ ਜ਼ਿਆਦਾ ਹੋਣ ਕਰਕੇ ਤੁਰਨ ਫਿਰਨ 'ਚ ਥੋੜ੍ਹੀ ਪਰੇਸ਼ਾਨੀ ਸੀ, ਇਸ ਕਰਕੇ ਇਹਨਾਂ ਨਾਲ ਕੰਸਲਟ ਕੀਤਾ, ਇਹਨਾਂ ਨੇ ਕਿਹਾ ਵੀ ਓਪਰੇਟ ਕਰ ਦਿੰਦੇ ਹਾਂ। 2 ਦਿਨ ਪਹਿਲਾਂ ਮੇਰਾ ਓਪਰੇਟ ਹੋਇਆ ਸੀ, ਅੱਜ ਮੇਰਾ ਡਿਸਚਾਰਜ ਹੈ। ਅੱਛਾ ਖਾਸਾ ਤੁਰਨ ਫਿਰਨ ਡਿਆ, ਦਰਦ ਕੋਈ ਨਹੀਂ ਹੈ, ਕੋਈ ਦਿੱਕਤ ਨਹੀਂ ਹੈ। ਅੱਜ ਮੇਰਾ ਦੂਜਾ ਦਿਨ ਦੀ ਛੁੱਟੀ ਮੈਂ ਚਾਹੀ ਹੈ, ਮੈਂ ਘਰ ਚੱਲਿਆ, ਕੋਈ ਤਕਲੀਫ ਵਾਲੀ ਕੋਈ ਗੱਲ ਨਹੀਂ, ਬੜਾ ਵਧੀਆ ਜੀ। ਹਾਂਜੀ, ਮੇਰਾ ਨਾਮ ਵਰਿੰਦਰ ਕੁਮਾਰ ਹੈ, ਮੈਂ ਏਜ 49 ਹੈ, ਅੰਮ੍ਰਿਤਸਰ ਤੋਂ ਆਇਆ, ਬਿਜ਼ਨਸ ਕਰਦਾ। ਮੋਟਾਪਾ ਕਾਫੀ ਚਿਰ ਤੋਂ ਸੀਗਾ, ਪਹਿਲਾਂ ਇੱਕ ਸਰਜਰੀ ਕਰਾਈ ਸੀ ਅਤੇ ਉਹਦੇ ਨਾਲ ਵੇਟ ਦਾ ਫਰਕ ਤਾਂ ਪਿਆ ਸੀ, ਪਰ ਟਾਈਮ ਨਾਲ ਫਿਰ ਵੱਧ ਗਿਆ। ਬਾਅਦ 'ਚ ਮੈਨੂੰ ਸਟਾਰ ਹੋਸਪਿਟਲ ਤੋਂ ਡਾਕਟਰ ਜਸਮੀਤ ਸਿੰਘ ਦਾ ਪਤਾ ਲੱਗਾ, ਇਹਨਾਂ ਨਾਲ ਆ ਕੇ ਕੰਸਲਟ ਕੀਤਾ। ਮੋਟਾਪਾ ਜ਼ਿਆਦਾ ਹੋਣ ਕਰਕੇ ਤੁਰਨ ਫਿਰਨ 'ਚ ਥੋੜ੍ਹੀ ਪਰੇਸ਼ਾਨੀ ਸੀ, ਅਤੇ ਅੱਗੇ ਵਧਣਾ ਹੀ ਸੀਗਾ, ਉਮਰ ਦੇ ਨਾਲ ਨਾਲ ਮੋਟਾਪਾ ਨਾਲ ਤੰਗ ਹੀ ਹੁੰਦਾ, ਇਸ ਕਰਕੇ ਇਹਨਾਂ ਨਾਲ ਕੰਸਲਟ ਕੀਤਾ, ਇਹਨਾਂ ਨੇ ਕਿਹਾ ਵੀ ਓਪਰੇਟ ਕਰ ਦਿੰਦੇ ਹਾਂ। 2 ਦਿਨ ਪਹਿਲਾਂ ਮੇਰਾ ਓਪਰੇਟ ਹੋਇਆ ਸੀ, ਅੱਜ ਮੇਰਾ ਡਿਸਚਾਰਜ ਹੈ। ਅੱਛਾ ਖਾਸਾ ਤੁਰਨ ਫਿਰਨ ਡਿਆ, ਦਰਦ ਕੋਈ ਨਹੀਂ ਹੈ, ਕੋਈ ਦਿੱਕਤ ਨਹੀਂ ਹੈ। ਹੋਸਪਿਟਲ ਵੀ ਕਾਫੀ ਚੰਗਾ, ਸਟਾਫ ਬਹੁਤ ਚੰਗਾ। ਦੂਰਬੀਨ ਨਾਲ ਮੇਰੀ ਸਰਜਰੀ ਹੋਈ ਸੀ ਲੈਪਰੋਸਕੋਪਿਕ ਤਰੀਕੇ ਨਾਲ, ਸਿਰਫ 4 ਨਿੱਕੇ ਨਿੱਕੇ ਹੋਲ ਹੈਗੇ ਨੇ, ਟਾਂਕੇ ਲੱਗੇ ਨੇ, ਪਰ ਉਹ ਡਿਸੋਲਵੇਬਲ ਨੇ, ਆਪੇ ਮੁੱਕ ਜਾਣਗੇ। ਹੁਣ ਮੈਨੂੰ 10 ਦਿਨਾਂ ਬਾਅਦ ਸੱਦਿਆ ਫੋਲੋਅਪ ਲਈ। ਬਾਕੀ ਜੇ ਕਿਸੇ ਨੂੰ ਕੋਈ ਦਿੱਕਤ ਹੈਗੀ ਮੋਟਾਪੇ ਦੀ, ਇੱਥੇ ਆ ਕੇ ਜ਼ਰੂਰ ਮਿਲੋ, ਚੰਗਾ ਹੋਸਪਿਟਲ ਹੈ, ਚੰਗੇ ਤਰੀਕੇ ਨਾਲ ਇਲਾਜ ਹੁੰਦਾ, ਡਾਕਟਰ ਵੀ ਸਾਰੇ ਸੁਣਦੇ ਨੇ। ਇੱਥੇ ਹੋਰ ਜਗ੍ਹਾ 'ਤੇ ਵੀ ਗਿਆ ਸੀ, ਪਰ ਉੱਥੇ ਗੱਲ ਕਰਕੇ ਕੋਈ ਰਾਜੀ ਨਹੀਂ। ਜੇ ਕਿਸੇ ਨੂੰ ਕੋਈ ਦਿੱਕਤ ਹੈਗੀ ਮੋਟਾਪੇ ਦੀ, ਇੱਥੇ ਆ ਕੇ ਜ਼ਰੂਰ ਮਿਲੋ। ਅੱਜ ਮੇਰਾ ਦੂਜਾ ਦਿਨ ਦੀ ਛੁੱਟੀ ਮੈਂ ਚਾਹੀ ਹੈ, ਮੈਂ ਘਰ ਚੱਲਿਆ, ਕੋਈ ਤਕਲੀਫ ਵਾਲੀ ਕੋਈ ਗੱਲ ਨਹੀਂ, ਬੜਾ ਵਧੀਆ ਜੀ।